ਪੱਕਾ ਨਾ ਮਾਰੋ ਯਾਰ, ਕੋਈ ਨੀ, ਆਰਾਮ ਨਾਲ ਕਰੋ, ਆਰਾਮ ਨਾਲ ਯਾਰ। ਬੰਦੇ ਭਾਈ ਤੁਸੀਂ ਬਾਹਰ ਨਹੀਂ ਕੱਢਣਾ, ਐਸਾ ਝੋਲੀ ਬੜੇ ਨੇ ਹੋਸਪਿਟਲ ਡਾਕਟਰ ਇਹ ਅੱਗੇ ਲਿਖਿਆ ਵੀ ਨੈਕਸਟ ਲਿਖੀ ਹੈ ਵੀ 4x4 ਸੈਂਟੀਮੀਟਰ ਦੀ ਸਿਰ ਦੇ ਉੱਤੇ ਰਗੜਾ, ਠੀਕ ਹੈ ਜੀ। ਇਰੈਗੂਲਰ ਬਰੂਸਿਸ ਦਾ ਮਤਲਬ ਔਨ ਦਾ ਫੋਰਹੈਡ। ਨੈਕਸਟ ਆ ਗਿਆ ਐਂਟਰੀ ਵੂੰਡ ਔਨ ਲੈਫਟ ਸਾਈਡ ਆਫ ਬੈਕ ਆਫ ਦਾ ਚੈਸਟ, ਠੀਕ ਹੈ ਜੀ। 1.5 centimeter ਹੈ ਸਰ ਸਾਰੀ ਗਿਣਤੀ, ਇਹ ਤਾਂ ਛੋਟੇ ਰਿਵਾਲਵਰ ਨਾਲ ਮਾਰੀ ਹੈ, ਕਿਤੇ ਨਾ ਮਾਰੀ ਹੈ ਗੋਲੀਆਂ, ਤੋ ਵੂੰਡ ਜਿਹੜੇ ਬਹੁਤ ਮਾਈਨਰ ਬਹੁਤ ਛੋਟੇ ਸੈਂਟੀਮੀਟਰ। ਜਿਹੜੀ ਕੰਪਲੀਟ ਪੋਸਟਮਾਰਟਮ ਰਿਪੋਰਟ ਮੈਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਦਾ, ਕਹਿੰਦੇ ਜੇ ਚੱਲ ਰਿਹਾ ਡਾਕਟਰ ਬੋਰਡ ਬਹਿੰਦਾ ਉੱਥੇ ਲਾਸਟ ਸਾਈਨ ਹੁੰਦੇ ਆ, ਇੰਜਰੀ ਰਿਪੋਰਟ ਉਹਨਾਂ ਨੇ ਆਪਣੀ ਪੋਸਟਮਾਰਟਮ ਰਿਪੋਰਟ 'ਤੇ ਲਿਖਤੀ ਹੈ। ਜਿਹੜੇ ਵੀ ਡਾਊਟ ਹੈ ਕਲੀਅਰ ਹੋ ਜਾਣੇ ਚਾਹੀਦੇ, ਕੋਈ ਗੱਲ ਨੀ ਸਰ। ਦੇਖੋ ਉਹ ਤਫਤੀਸ਼ ਉੱਥੋਂ ਦੀ ਹੈ ਨਾ, ਆਪਣਾ ਹਿਸਾਬ ਨਾਲ ਦੱਸਣ ਡਿਆ ਉੱਥੇ ਕੀ ਹੋਇਆ।
ਅਸਲੀ ਹੋਇਆ ਕਿ ਚੱਕਰ ਦੇ ਕਾਰਨ ਕੀ ਬਣਾਇਆ ਮੈਡਮ ਉੱਥੇ ਟੈਰੋਰਿਜ਼ਮ ਟੈਰੋਰਿਜ਼ਮ ਹੀ ਦੇ ਹੈ ਨਾ ਉੱਥੇ ਟੈਰੋਰਿਜ਼ਮ ਹੈ ਉੱਥੇ ਕੋਈ ਆਮ ਲੜਾਈ ਤਾਂ ਹੋਈ ਨਹੀਂ ਟੈਰੋਰਿਜ਼ਮ 'ਤੇ ਤਾਂ ਹੁਣ ਕੋਈ ਵੀ ਉੱਥੋਂ ਦੀ ਪੁਲਿਸ ਵੀ ਵਿਚਾਰੀ ਰਾਤ ਦੀ ਜਾਂ ਤੁਰੀ ਫਿਰ ਰਹੀ ਆ ਜਿਹਦੇ ਕੋਲ ਕਲੀਅਰ ਨਹੀਂ ਨਾ ਗੱਲਾਂ ਕੀ ਹੋਇਆ ਕੌਣ ਅੱਤਵਾਦੀ ਸਨ ਕਿਹੜੇ ਮਾਰ ਗਏ ਉਹਦੇ ਇਨਵੈਸਟੀਗੇਸ਼ਨ ਦਾ ਬਹੁਤ ਹੋ ਸਕਦਾ 5 ਦਿਨ ਬਾਅਦ ਫੜੇ ਜਾਣ 10 ਦਿਨ ਬਾਅਦ ਫੜੇ ਜਾਣ ਇਨਕਾਊਂਟਰ ਹੋ ਜਾਣ ਉਹ ਇਨਵੈਸਟੀਗੇਸ਼ਨਾਂ ਤੇ ਕਈ ਵਾਰੀ ਚੱਲਦੀਆਂ ਰਹਿੰਦੀਆਂ ਉੱਥੇ ਕੀ ਹੋਇਆ ਉੱਥੇ